ਪਟਿਆਲਾ ਵਿੱਚ ਰਿਸ਼ਤਿਆਂ ਨੂੰ ਤਾਰ ਤਾਰ ਕਰਨ ਵਾਲੇ ਦੋ ਮਾਮਲੇ ਅੱਜ ਸਾਹਮਣੇ ਆਏ ਨੇ। ਇੱਕ ਪਾਸੇ ਰਾਜਪੁਰਾ ਵਿੱਚ ਇੱਕ ਪਿਤਾ ਨੇ ਪੈਸਿਆਂ ਦੇ ਲਾਲਚ ਕਾਰਨ ਆਪਣੇ ਲੜਕੇ ਨੂੰ ਅਗਵਾ ਕਰ ਦਿੱਤਾ ਤੇ ਦੂਸਰੇ ਮਾਮਲੇ ਵਿੱਚ ਇੱਕ ਪਤਨੀ ਨੇ ਨਾਜਾਇਜ਼ ਸਬੰਧਾਂ ਦੇ ਚੱਲਦੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਪਹਿਲਾ ਮਾਮਲਾ ਸਮਾਣਾ ਦੇ ਪਿੰਡ ਬੱਲਮਗੜ੍ਹ ਦਾ ਹੈ, ਜਿੱਥੇ ਇੱਕ ਔਰਤ ਨੇ ਆਪਣੇ ਪਤੀ ਨੂੰ ਇਸ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਕਿਉਂਕਿ ਉਸ ਦੇ ਸਬੰਧ ਕਿਸੇ ਹੋਰ ਵਿਅਕਤੀ ਨਾਲ ਬਣ ਗਏ ਸਨ। ਬਾਅਦ ਦੇ ਵਿੱਚ ਜਿਹੜੀ ਹੈਗੀ ਹੈ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਜਿਹੜੀ ਤਫਤੀਸ਼ ਅਮਲ 'ਚ ਲਿਆਂਦੀ ਗਈ, ਇਹਦੀ ਪੜਤਾਲ ਕੀਤੀ ਗਈ। ਉਹਦੇ ਵਿੱਚ ਗੱਲ ਸਾਹਮਣੇ ਆਈ ਕਿ ਜਿਹੜੀ ਰਾਜਪ੍ਰੀਤ ਕੌਰ ਹੈ ਇਹਦੇ ਕਿਸੇ ਵਿਅਕਤੀ ਬਲਵਿੰਦਰ ਸਿੰਘ ਦੇ ਨਾਲ ਕਾਨਗੜ੍ਹ ਭੂਤਨੇ ਪਿੰਡ ਦਾ ਹੈ, ਉਹਦੇ ਨਾਲ ਇਹਦੀ ਇਲੀਸਿਟ ਰਿਲੇਸ਼ਨ ਡਿਵੈਲਪ ਹੋ ਗਈ ਸੀ, ਇਹਦੀ ਜਾਣ ਪਛਾਣ ਸੀ ਉਹਦੇ ਨਾਲ। ਤਾਂ ਇਹਨਾਂ ਨੇ ਭਵਾਨੀਗੜ੍ਹ ਚੌਂਕ ਸਮਾਣਾ ਦੇ ਵਿੱਚ ਇੱਕ ਇਹਨਾਂ ਦੇ ਕੋਲ ਤੂਫਾਨ ਗੱਡੀ ਸੀ, ਉੱਥੇ ਮਿਤੀ 6/6/16 ਨੂੰ ਉਸ ਗੱਡੀ ਦੇ ਵਿੱਚ ਪਹਿਲਾਂ ਇਸ ਨੂੰ ਕੋਲਡ ਡਰਿੰਕ ਦੇ ਵਿੱਚ ਕੋਈ ਨਸ਼ੀਲੀ ਚੀਜ਼ ਪਿਆਈ। ਜਦੋਂ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਸੀ ਤਾਂ ਇਸ ਨੂੰ ਫਿਰ ਉਹ ਸਰਹੰਦ ਤੋਂ ਜਿਹੜੀ ਗੰਡਾ ਖੇੜੀ ਵਾਲੀ ਨਹਿਰ ਹੈਗੀ ਆ ਭਗੜ ਉਸ 'ਤੇ ਲੈ ਗਏ। ਉੱਥੇ ਜਾ ਕੇ ਇਹਦੇ ਸਿਰ ਦੇ ਵਿੱਚ ਇਹਨਾਂ ਨੇ ਚੀਜ਼ ਨਾਲ ਵਾਰ ਕੀਤਾ, ਹਿੱਟ ਕੀਤਾ। ਉਸ ਤੋਂ ਬਾਅਦ ਜਿਹੜੀ ਹੈਗੀ ਇਹਦੀ ਡੈੱਡ ਬੋਡੀ ਨੂੰ ਇਹਨਾਂ ਨੇ ਨਹਿਰ ਦੇ ਵਿੱਚ ਕਤਲ ਕਰਕੇ ਨਹਿਰ ਦੇ ਵਿੱਚ ਸੁੱਟ ਦਿੱਤਾ, ਜੋ ਜਨਸੂਈ ਵਾਲੇ ਜਿਹੜੀ ਹੈੱਡ ਦੇ ਉੱਤੋਂ ਸਾਨੂੰ ਡੈੱਡ ਬੋਡੀ ਬਰਾਮਦ ਹੋਈ ਹੈ। ਦੂਸਰੇ ਮਾਮਲੇ ਵਿੱਚ ਰਾਜਪੁਰਾ ਦੇ ਇੱਕ ਪਿਤਾ ਨੇ ਪੈਸਿਆਂ ਦੇ ਲਾਲਚ ਦੇ ਚੱਲਦੇ ਆਪਣੇ ਲੜਕੇ ਦਾ ਹੀ ਅਪਹਰਣ ਕਰ ਦਿੱਤਾ। ਜਾਣਕਾਰੀ ਅਨੁਸਾਰ ਪਿਤਾ ਬਲਵਿੰਦਰ ਸਿੰਘ ਨੇ ਆਪਣੇ ਪਿਤਾ ਤੋਂ 10 ਲੱਖ ਰੁਪਏ ਕਢਵਾਉਣ ਨੂੰ ਲੈ ਕੇ ਆਪਣੇ ਇੱਕ ਹੋਰ ਦੋਸਤ ਭੁਪਿੰਦਰ ਸਿੰਘ ਨਾਲ ਮਿਲ ਕੇ ਲੜਕੇ ਨੂੰ ਅਗਵਾ ਕਰਨ ਦੀ ਸਾਜਿਸ਼ ਰਚ ਦਿੱਤੀ। ਪੁੱਤਰ ਰਣਵੀਰ ਸਿੰਘ ਨੇ ਚੌਂਕੀ ਬੱਸ ਸਟੈਂਡ ਕੱਲ੍ਹ ਰਿਪਟ ਲਿਖਾਈ ਸੀ ਵੀ ਮੇਰਾ ਬੇਟਾ ਦਿਲਪ੍ਰੀਤ ਸਿੰਘ ਆ 3 ਵਜੇ ਖੇਡਣ ਗਿਆ ਸੀ, ਵਾਪਸ ਨਹੀਂ ਆਇਆ, ਜਿਹਦੀ ਮੈਂ ਭਾਲ ਕਰ ਰਿਹਾ ਮਿਲਿਆ ਨਹੀਂ। ਵੀ ਮੇਰੇ ਫੋਨ 'ਤੇ ਮੈਨੂੰ ਇੱਕ ਟੈਲੀਫੋਨ ਆਈ ਆ ਜਿਸ 'ਤੇ ਉਹਨਾਂ ਨੇ ਮੇਰੇ ਤੋਂ 10 ਲੱਖ ਦੀ ਫਿਰੌਤੀ ਮੰਗੀ ਹੈ। ਤੋਂ ਜਿਹਦੇ ਤੋਂ ਫੋਨ ਤੋਂ ਉਹਦੇ ਕਾਲ ਆਈ ਸੀ, ਜਦੋਂ ਅਸੀਂ ਉਹਦਾ ਵੈਰੀਫਾਈ ਕੀਤਾ ਉਹਦਾ ਖੁਦ ਦਾ ਹੀ ਸੀਗਾ। ਉਹ ਆਪ ਹੀ ਮੰਨ ਗਿਆ ਵੀ ਮੈਂ ਮੇਰੇ ਕੰਮ ਕਾਰ ਫੇਲ ਆ, ਮੇਰੇ ਬਾਪ ਕੋਲ 12-13 ਲੱਖ ਰੁਪਈਆ ਹੈਗਾ, ਮੇਰਾ ਬਾਪ ਮੈਨੂੰ ਪੈਸੇ ਨਹੀਂ ਦਿੰਦਾ ਸੀ ਅਤੇ ਪਿਓ ਦਾ ਮੇਰੇ ਪਿਓ ਦਾ ਪੋਤੇ ਨਾਲ ਬਹੁਤ ਪਿਆਰ ਆ ਵੀ ਮੈਂ ਪਿਓ ਨੂੰ ਡਰਾ ਕੇ ਪੈਸੇ ਲੈ ਲੂੰਗਾ। ਅਤੇ ਇਹਨੇ ਨਾਲ ਇੱਕ ਆਪਦੇ ਸਾਥੀ ਭੁਪਿੰਦਰ ਸਿੰਘ ਨੂੰ ਰਲਾ ਲਿਆ ਸੀਗਾ ਕਾਕਾ ਹੋਟਲ ਦੇ ਕੋਲ ਜਿਹੜਾ, ਵੀ ਉਹਨੂੰ ਵੀ ਪੈਸੇ ਦੇਣੇ, ਇਹਨੇ ਕਰ ਲਏ 1-1.5 ਲੱਖ ਰੁਪਈਆ, ਉਹਨਾਂ ਦੇ ਘਰੇ ਆਪ ਹੀ ਛੱਡ ਕੇ ਆਏ ਬੱਚੇ ਨੂੰ। ਪਟਿਆਲਾ ਤੋਂ ਅਜ਼ਾਦ ਟੀਵੀ ਨਿਊਜ਼ ਦੇ ਲਈ ਭਾਰਤ ਸੂਦ, ਬਲਜੀਤ ਸਰਨਾ ਅਤੇ ਵਰਿੰਦਰ ਸੈਣੀ ਦੀ ਰਿਪੋਰਟ।